आज बहुत ही पवित्र दिन है। सतगुरु नानक प्रगटिया मिट्टी धुंद जग चानण हुआ। अज श्री गुरु नानक देव जी का गुरपुरब है। मैं पूरे पंजाबियों नूं इस शुभ दिहाड़े की बहुत बहुत बधाई देना। बहुत ही महत्वपूर्ण दिन है ते अज एक बधाई होर देनी है कि असी श्री चमकौर साहब विखे सिख इतिहास नूं दर्शाउंदा होया एक बहुत वड्डा म्यूजियम सिख संगतां नूं गुरु नानक नाम लेवा संगतां नूं पंजाबियों नूं समर्पित किया है। इहदे विच 14 गैलरियां है जिहदे विच पूरे सिख इतिहास नूं फिल्माया गया है। एक बहुत खूबसूरत अजूबा बनिया जिहदा कि माननीय गवर्नर पंजाब ने अज उद्घाटन किया है। ये 2006 दे विच कैप्टन रमिंदर सिंह जी की सरकार ने शुरू किया सी। उस तो बाद श्रोमणी अकाली दल की सरकार आ गई 10 साल उन्होंने इस नूं बंद तो बंद रखिया। लेकिन हुण जदों फिर कांग्रेस सरकार आई तां जदों मैनूं टूरिज्म ते कल्चर डिपार्टमेंट मिलिया गुरु नानक साहब का जन्मदिन 550वां साल मनाया गया जिसकी पूरे देश विदेश दे शलाघा हुई। उस तो बाद इस नूं मैं फिर दिन रात लगा के आप इस नूं बनवाया। एक बहुत ही खूबसूरत चीज बनी है। कोई टिकट नहीं है। मैं समूह गुरु नानक नाम लेवा पंजाबियों नूं बेनती करना कि इहनूं देख के जाओ ताकि साडे बच्चियां नूं आउण वाली जनरेशनां नूं सिख कौम बारे सिख कौम दे गुरुआं बारे सिख कौम दीआं शहादतां बारे ते खालसा राज किस तरह स्थापित होया किस तरह बंदा सिंह बहादुर जी ने इट दी इट नाल इट बजाई वो सारा कुछ इस म्यूजियम दे विच अच्छी तरह फिल्माया गया है। तुसीं सारे जणिआं नूं मैं आमंत्रित करदा कि चमकौर साहब आके इस नूं देख के जाण। सिख इतिहास दे विच इक बहुत वड्डी अजूबा जिहड़ा बण के अज सिख संगतां नूं असीं समर्पित कीता है। इस तों अगे अज माननीय प्रधानमंत्री श्री नरेंद्र मोदी जी ने ऐलान किया है कि जिहड़े 3 काले कानून श्रोमणी अकाली दल ते बीजेपी की सरकार ने दिल्ली दे विच लैके आंदे सी अज उन्होंने वापस लेने का ऐलान किया है। ये भी कहा कि आने वाली पार्लीमेंट दे विच ओ इन्हां कानूनां नूं वापस लेणगे। अज सिर्फ ऐलान होया वो कहंदे भी सब कुछ लुटा के होश में आए तो क्या किया। बहुत बड़ियां कीमतां किसानां नूं खेत मजदूरां नूं इन्हां बिना दे मुआवजे विच तारनियां पईआं। ਇਹ ਜਦੋਂ ਆਰਡੀਨੈਂਸ ਹੀ ਬਣੇ ਸੀ ਸਮਝ ਆ ਜਾਣੀ ਚਾਹੀਦੀ ਸੀ ਕਿ ਦੇਸ਼ ਦੇ ਲੋਕ ਇਹਨਾਂ ਨੂੰ ਸਵੀਕਾਰ ਨਹੀਂ ਕਰ ਰਹੇ ਇਹ ਨੁਕਸਾਨਦੇਹ ਹੈ। ਲੇਕਿਨ ਇੱਕ ਜਿੱਦ ਕਰਕੇ ਇਹਨਾਂ ਨੂੰ ਅੱਗੇ ਲਟਕਾਇਆ ਗਿਆ। ਸੁਪਰੀਮ ਕੋਰਟ ਨੇ ਇਹਨਾਂ ਨੂੰ ਰੋਕ ਲਗਾਤੀ ਫਿਰ ਵੀ ਇਹਨਾਂ ਨੂੰ ਲਮਕਾਇਆ ਗਿਆ। ਆਖਰੀ ਅਖੀਰ ਤੱਕ ਪੂਰਾ ਕਿਸਾਨਾਂ ਦਾ ਮਜ਼ਦੂਰਾਂ ਦਾ ਲੋਕਾਂ ਦਾ ਕਹਿੰਦੇ ਵੀ ਅੰਤ ਦੇਖ ਕੇ ਜਿਸ ਤਰ੍ਹਾਂ ਮੱਛੀ ਪੱਥਰ ਚੱਟ ਕੇ ਮੁੜਦੀ ਆ ਉਸ ਤਰ੍ਹਾਂ ਮੋੜਾ ਪਾਇਆ ਗਿਆ। ਜਦੋਂ ਚੋਣਾਂ ਆ ਗਈਆਂ ਯੂਪੀ ਦੇ ਵਿੱਚ ਹਾਰ ਨਿਸ਼ਚਿਤ ਹੋ ਗਈ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ ਤੇ ਕਿਸਾਨ ਟਸ ਮਸਤੇ ਨਹੀਂ ਹੋਏ ਮਜ਼ਦੂਰ ਮਾਰੇ ਗਏ
ਲੋਕਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਹੋ ਗਈ, ਟੋਲ ਪੜਾਲੇ ਬੰਦ ਹੋ ਗਏ, ਪੰਜਾਬ ਸਰਕਾਰ ਬਿਲਕੁਲ ਨਾਲ ਕਿਸਾਨਾਂ ਦੇ ਖੜ ਗਈ। ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਹੁਣ ਇਹਨਾਂ ਨੂੰ ਵਾਪਸ ਲੈਣੇ ਪੈ ਰਹੇ ਹੈ। ਅੱਜ ਵੀ ਐਲਾਨ ਹੋਇਆ ਪਾਰਲੀਮੈਂਟ ਦੇ, ਜਦ ਤੱਕ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਦੇਖਾਂਗੇ ਆਖਰੀ ਦਮ ਤੱਕ, ਜਦ ਤੱਕ ਇਹ ਵਾਪਸ ਹੋ ਕੇ ਰੱਦ ਨਹੀਂ ਹੋ ਜਾਂਦੇ, ਕਾਨੂੰਨ ਨਹੀਂ ਰੱਦ ਹੋ ਜਾਂਦਾ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ, ਉਦੋਂ ਤੱਕ ਅਸੀਂ ਹੁਣ ਵਿਸ਼ਵਾਸ ਕਰਨ ਵਾਲੇ ਨਹੀਂ ਹੈ ਅਤੇ ਉਦੋਂ ਤੱਕ ਦੇਖਾਂਗੇ। ਨਾਲ ਨਾਲ MSP ਹੈ ਜਿਹੜੀ, ਉਹਦੀ ਵੀ ਸਾਨੂੰ ਗਰੰਟੀ ਚਾਹੀਦੀ ਹੈ। ਹੁਣ ਜਿਸ ਤਰੀਕੇ ਦੇ ਨਾਲ ਸਾਨੂੰ ਪ੍ਰੋਕਿਓਰਮੈਂਟ ਦੇ ਵਿੱਚ ਔਰ ਜਿਸ ਤਰ੍ਹਾਂ ਦੇ ਨਾਲ ਸਾਨੂੰ ਸੈਲਰਾਂ ਨੂੰ ਤੰਗ ਕੀਤਾ ਜਾਂਦਾ ਹੈ, ਵਿਸ਼ਵਾਸ ਟੁੱਟ ਗਿਆ। ਇਹਨੂੰ ਜੋੜਨ ਵਾਸਤੇ MSP ਹੈ ਜਿਹੜੀ, ਇਹਨੂੰ ਸਟੈਚੂਟਰੀ ਪ੍ਰੋਵੀਜ਼ਨਸ ਦੇ ਵਿੱਚ ਲੈ ਕੇ ਬਾਈ ਲਾਅ ਸਾਨੂੰ MSP ਮਿਲਣੀ ਚਾਹੀਦੀ ਹੈ। ਇਹ ਵੀ ਨਾਲ ਹੋਣਾ ਚਾਹੀਦਾ ਜਦੋਂ ਇਹ ਕਾਨੂੰਨ ਰੱਦ ਕਰਨ ਦਾ ਕਾਨੂੰਨ ਆਉਣਾ। ਇਹਦੀ ਜਿਹੜੀ ਸ਼ੁਰੂਆਤ ਹੈ, ਜਦੋਂ ਪ੍ਰਧਾਨ ਮੰਤਰੀ ਜੀ ਨੇ 30 ਮਈ 2019 ਨੂੰ ਸਹੁੰ ਚੱਕੀ, ਉਸੇ ਦਿਨੇ ਨੀਤੀ ਆਯੋਗ ਦਾ ਏਜੰਡਾ ਜਾਰੀ ਕਰਤਾ। 15 ਦਿਨਾਂ ਬਾਅਦ ਉਹਦੀ ਮੀਟਿੰਗ ਹੋਈ 15/6/19 ਨੂੰ। ਉਹਦੇ ਵਿੱਚ ਰੀਸਟਰਕਚਰਿੰਗ ਆਫ ਐਗਰੀਕਲਚਰ ਸੈਕਟਰ ਦਾ ਏਜੰਡਾ ਜਾਰੀ ਹੋ ਕੇ 15/6/19 ਨੂੰ ਇਹਦੀ ਨੀਂਹ ਰੱਖਤੀ ਉਹਨਾਂ ਨੇ, ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਦੇਸ਼ ਨੂੰ ਪਾੜਨ ਵਾਸਤੇ ਔਰ ਦੇਸ਼ ਦੀ ਕਿਸਾਨੀ ਨੂੰ ਡਾਊਨ ਕਰਨ ਵਾਸਤੇ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜੇ ਸਾਤੋਂ ਖੇਤੀ ਹੀ ਖੋ ਲਈ ਜੇ ਗਈ ਤਾਂ ਉਹਨਾਂ ਨੂੰ ਪਤਾ ਕਿ ਇਹਨਾਂ ਤੋਂ ਖੇਤੀ ਇਹਨਾਂ ਦੀ ਕਮਜ਼ੋਰ ਕਰ ਦਿਓ, ਇਹ ਕਮਜ਼ੋਰ ਹੋ ਜਾਣਗੇ। ਸਾਡੀ ਖੇਤੀ ਨੂੰ ਕਮਜ਼ੋਰ ਕਰਕੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਇਹ ਇੱਕ ਸੋਚੀ ਸਮਝੀ ਹੈ ਵੱਡੀ ਸਾਜ਼ਿਸ਼ ਸੀ, ਜਿਹੜੀ ਤੋਂ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ। ਅਤੇ ਅੱਜ ਮੈਂ ਕਿਸਾਨੀ ਸੰਘਰਸ਼ ਨੂੰ, ਕਿਸਾਨਾਂ ਦੀਆਂ ਯੂਨੀਅਨਾਂ ਨੂੰ, ਖੇਤ ਮਜ਼ਦੂਰਾਂ ਦੀਆਂ ਯੂਨੀਅਨਾਂ ਨੂੰ, ਪੰਜਾਬ ਔਰ ਹਿੰਦੁਸਤਾਨ ਦੇ ਲੋਕਾਂ ਨੂੰ, ਡੈਮੋਕ੍ਰੈਟਿਕ ਸਿਸਟਮ ਨੂੰ ਸ਼ਾਬਾਸ਼ੀ ਦੇਣਾ ਚਾਹੁੰਦਾ ਕਿ ਲੋਕਤੰਤਰ ਦੇ ਵਿੱਚ, ਲੋਕਤੰਤਰ ਦੀ ਜਿੱਤ ਹੋਈ ਹੈ, ਲੋਕਾਂ ਦੀ ਜਿੱਤ ਹੋਈ ਹੈ, ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਹੈ, ਸੰਯੁਕਤ ਮੋਰਚੇ ਦੀ ਜਿੱਤ ਹੋਈ ਹੈ, ਖੇਤ ਮਜ਼ਦੂਰ ਦੀ ਜਿੱਤ ਹੋਈ ਹੈ, ਦੇਸ਼ ਦੇ ਹਰ ਨਾਗਰਿਕ ਦੀ ਜਿੱਤ ਹੋਈ ਹੈ। ਅਤੇ ਸੱਚਾਈ ਨਿੱਤਰ ਕੇ ਉੱਪਰ ਆਈ ਹੈ। ਜਿਹੜੇ ਲੋਕ ਡਿਸਟਰਬ ਕਰਨਾ ਚਾਹੁੰਦੇ ਸੀ, ਪਾੜੇ ਪਾਉਣਾ ਚਾਹੁੰਦੇ ਸੀ, ਵੋਟਾਂ ਦੀ ਰਾਜਨੀਤੀ ਕਰਦੇ, ਉਹਨਾਂ ਨੂੰ ਪਿੱਛੇ ਹਟਣਾ ਪਿਆ। ਲੇਕਿਨ ਦੇਰ ਆਏ ਦੋਸਤ ਆਏ, ਇਹ ਜਿਹੜਾ ਕੁਛ, ਇਸ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਆਪਣੇ ਆਪ ਨਹੀਂ ਹੋਇਆ, ਸ਼੍ਰੋਮਣੀ ਅਕਾਲੀ ਦਲ ਨੇ ਮੋਢਾ ਦਿੱਤਾ, ਉਹਨਾਂ ਨੂੰ ਇਹ ਵਿਸ਼ਵਾਸ ਦਵਾਤਾ ਕਿ ਜੀ ਕਿਸਾਨੀ ਸਾਡੇ ਨਾਲ ਹੈ ਤੇ ਅਸੀਂ ਤੁਹਾਡੇ ਨਾਲ ਹੈ, ਸਾਡੀ ਮਿਨਿਸਟਰੀ ਹਰੀ ਰਹੇ। ਕਦੇ ਇਹ ਕਾਨੂੰਨ ਨਹੀਂ ਆਣੇ ਸੀ ਜੇ ਪੰਜਾਬ ਔਰ ਦੇਸ਼ ਦੀ ਕਿਸਾਨੀ ਦੇ ਨਾਮ ਤੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਮੋਢਾ ਨਾ ਦਿੰਦਾ। ਇਹ ਉਹਨਾਂ ਨੇ ਆਪਣਾ ਮੋਢਾ ਦਿੱਤਾ, ਅਗਲਿਆਂ ਨੇ ਬੰਦੂਕ ਧਰੀ। ਲੇਕਿਨ ਜਦੋਂ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਘਰ ਰੋਕ ਲਿਆ ਚਾਰੇ ਪਾਸੇ ਤੇ, ਨਿਕਲਣਾ ਬੰਦ ਹੋ ਗਿਆ, ਇੱਕ ਕਿਸਾਨ ਦੀ ਉੱਥੇ ਸ਼ਹੀਦੀ ਹੋ ਗਈ, ਚਾਰਾ ਨਾ ਚੱਲਿਆ, ਪੰਜਾਬ 'ਚ ਵੜਨਾ ਬੰਦ ਕਰਤਾ ਇਹਨਾਂ ਦਾ। ਹਾਲਾਂਕਿ 3 ਪ੍ਰੈਸ ਕਾਨਫਰੰਸਾਂ ਬੀਬੀ ਜੀ ਨੇ ਕਰੀਆਂ, ਅਗਲੇ ਦਿਨ ਇੱਕ ਐਮਰਜੈਂਸੀ ਪ੍ਰੈਸ ਕਾਨਫਰੰਸ ਬੁਲਾ ਕੇ ਸੁਖਬੀਰ ਸਿੰਘ ਬਾਦਲ ਨੇ ਪੂਰੇ ਸੋਲੇ ਗਾਏ ਕਿ ਜੀ ਇਹ ਕਾਨੂੰਨ ਬਹੁਤ ਵਧੀਆ ਹੈ, ਇਹ ਰਹਿਣੇ ਚਾਹੀਦੇ ਹੈ, ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਿਸਾਨੋਂ ਸਮਝੋ। ਇੱਥੇ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਬਜ਼ੁਰਗ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਵੀ ਇੱਕ ਪ੍ਰੈਸ ਕਾਨਫਰੰਸ ਕਰਾ ਕੇ ਉਹਨਾਂ ਤੋਂ ਵੀ ਬਿਆਨ ਦਵਾ ਦਿੱਤਾ ਗਿਆ ਕਿ ਜੀ ਇਹ ਕਾਨੂੰਨ ਚੰਗੇ। ਜਦ ਕਿਸਾਨਾਂ ਨੇ ਚਾਰੇ ਪਾਸੇ ਤੇ ਰੋਕ ਲਏ, ਇਹਨਾਂ ਨੇ ਵਾਪਸ ਲਏ ਆਪਣੇ ਆਪ ਨੂੰ, ਉੱਥੇ ਤੇ ਨਿਕਲ ਕੇ ਆਏ ਮਿਨਿਸਟਰੀ ਚੋਂ। ਲੇਕਿਨ ਅੱਜ ਵੀ ਮੈਨੂੰ ਇਹਨਾਂ ਦੇ ਸਮਝੌਤੇ ਦਿਖ ਰਹੇ, ਅੱਜ ਵੀ ਇਹੀ ਕਹਿੰਦੇ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਲੈਂਦੇ ਜਦ ਤੱਕ ਅਸੀਂ ਵੱਖਰੇ ਹਾਂ। ਇਹਦਾ ਮਤਲਬ ਹੈ ਸਾਜ਼ਿਸ਼ ਕਈ ਪਾਸੇ ਤੋਂ ਹੋਈ ਹੈ ਤੇ ਕਈ ਪਾਸੇ ਇਹਨਾਂ ਦੇ ਨਾਲ ਰਲ ਕੇ ਅੱਗੇ ਨੂੰ ਵੀ ਪੰਜਾਬ ਦਾ ਨੁਕਸਾਨ ਕਰ ਸਕਦੇ ਹੈ। ਇਸ ਲਈ ਮੈਂ ਆਮ ਆਦਮੀ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ
कि तुसी आज भी सोले गाते के जी एक कानून रद्द होए है इहदे च इन्ने बंदे मर गए है ये होया वो होया तुसी तां भाई आप ये ना एक कानून नूं इन्हां चों जिहड़ा सब तो खतरनाक कानून है फार्मर्स प्रोड्यूस ट्रेड एंड कॉमर्स प्रमोशन एंड फैसिलिटेशन एक्ट 2020 उहदी नोटिफिकेशन उहनूं लागू दिल्ली दे विच कीता गया केजरीवाल जी वल्लों मैं उन्होंने बेनती करना चाहता है कि केंद्र सरकार ने रद्द करने का ऐलान करता है कृपा तुसी भी करो इस तो पहला कि पार्लीमेंट बुला के नरेंद्र मोदी जी ने रद्द करन अपने उपरों कालख लगा लो ला लो ते नोटिफिकेशन रद्द करके इन्हों रद्द कर दो जिहड़ा तुसी कीता होया ये कानून तो आम आदमी पार्टी ने भी फैसिलिटेट किए उन्होंने नोटिफिकेशन करके दिल्ली दे विच लागू किए हैं इतने आके कहते जी असि कानूनों के खिलाफ वोटा लेनिया किसान दिल्ली दे विच किसानां नूं पानी फ्री नहीं दिंदे बिजली फ्री नहीं दिंदे इतने आके कहते असि वोटा लेनिया लेकिन मैं कहना इन्हां तों वोटां की राजनीति नहीं होनी चाहिए ये राजनीतिक गल नहीं है ये समाज और देश की एकता अखंडता और किसानी जिहड़ा कि साडा अन्नदाता है उसनूं भुखारी बनाउण दी जिहड़ी सोच है उस दे खिलाफ इह संघर्ष जिहड़ा होया संयुक्त मोर्चा का अज उसकी जीत हुई है मैं संयुक्त मोर्चा नूं खेत मजदूरां नूं किसानां नूं पंजाब दे लोकां नूं देश दे लोकां नूं डेमोक्रेटिक सिस्टम नूं बधाई दिंदा जिहड़ा कि यह कानून वापस ले गए है वापस अजे होने है जद तक ये वापस नहीं होंदे सानूं पहरा देण दी लोड़ है सानूं चकन्ने रहण दी लोड़ है यह ना हो कि जी लड्डू मुक गए यार ने टुट गए भैड़ी वाली लड्डूआं दी वोटा वोटा तक सीमित ना रहने लोग ये कानून वापस तो आने हैं तो MSP जिहड़ा वो कानून के रूप में मिले तो मैं बेनती करना चाहता कि सरकार पंजाब दे विच किसान हितैषी है मजदूर हितैषी है हर वर्ग के नाल असीं मिलके चलना चलते हैं तो जिहड़े किसान मैं पहला ऐलान कर चुकिया इहदे विच संघर्ष दे विच शहीद होए है ये कोई मैं अज नहीं कह रहा मैं पहले दिन तो कह रहा असं दे भी रहे नौकरियां असं सारियां उन्होंने एक एक परिवार को नौकरी दे रहे दवांगे ते नाल नाल एक मेमोरियल इस संघर्ष के नाम से किसान यूनियन जिस तरह उसका नाम दसांगे असं एक पंजाब दे विच ढुकवीं जगह से वड्डा मेमोरियल इस संघर्ष से क्योंकि लोगों का संघर्ष है आजादी तो बाद जे कोई वड्डा संघर्ष चलिया तो यह है जिन्हें पंजाब ही नहीं पूरे देश विच डेमोक्रेटिक सिस्टम नूं तगड़ा कीता है डिक्टेटरशिप नूं नत्थ पाई है डिक्टेटरशिप नूं कहा कि इत्थे तुहाडे वास्ते कोई जगह नहीं है ये लोगों का राज है लोगों के मुताबिक चलेगा तुसी एक तरफा डिसीजन नहीं कर सकते ये नहीं है कि वोटा पार्लीमेंट च पाईआं ही नहीं तुहानूं पूरीआं तुसी कानून लागू करता राज्यसभा च वोटा पाईआं ही नहीं कानून लागू करता इस तरह नहीं चलना लोगों का ही राज चलना है मुड़ के देश दे विच इक डेमोक्रेटिक सिस्टम सही तरीके नाल चले लोकतंत्र सही तरीके नाल चले वो होया इसलिए ऐसी इस संघर्ष का एक मेमोरियल पंजाब दे विच बनावांगे और बड़े पद्धर का बनेगा पंजाब सरकार वालों विधानसभा का स्पैशल सैशन बुला के ये कानूनों नूं रद्द किया गया है इस तो उपर अकाली दल वालों 2013 यही कानून जिहड़े लेके आते सी साडी सरकार ने जिहड़े लोगों की अज सरकार पंजाब दे विच उसने रद्द किया इन्हां कानूनों नूं 13 वाला कानून पंजाब का भी असीं रद्द किया ते अमेंडमेंटां वह भी लिया जिहड़ियां कि खिलाफ सी सो असीं वह भी किया जो पंजाब सरकार वालों गलत किया गया सी केंद्र दे भी कानून असीं रद्द करन वास्ते रेजुलेशन लिया के एक अपने आप नूं विधानसभा चों निर्देश जारी कराए हैं कि यह कानून पंजाब दे विच लागू ना होवे पंजाब दा रवैया देख के सरकार दा रवैया देख के एकता देख के पर 3 दिन पहले तो अजे मेरी किसानां दे नाल मीटिंग हुई उत्थे असीं पूरी एकता दिखाई है किसानां दे नाल किसानां दीआं सारीआं मंगां मन्नीआं केंद्र नूं समझ आ गई कि पंजाब सरकार किसान मजदूर पंजाब एक तरफ खड़ा है इसलिए एक कानून रद्द कीते गए हैं मैं हुण अगे बेनती करना चाहुंदा कि BSF का जिहड़ा दायरा वधिया ये भी वड्डी लड़ाई है जिहड़ी पंजाब दे लोकां नूं लड़नी पएगी
ਤੇ ਆਪਾਂ ਨੇ ਲੜਨੀ ਹੈ। ਇਹ ਦਾਇਰਾ ਵਾਪਸ 5 ਕਿਲੋਮੀਟਰ ਤੱਕ ਜਾਵੇ। ਇਸ ਵਾਸਤੇ ਸੰਘਰਸ਼ ਵਿੱਢਣਾ ਹੈ। ਅਸੀਂ ਵਿਧਾਨ ਸਭਾ ਦੇ ਵਿੱਚ ਪਾਸ ਕਰ ਚੁੱਕੇ ਹਾਂ, ਸਾਰੀਆਂ ਪਾਰਟੀਆਂ ਦਾ ਇੱਕ ਵਫਦ ਬੁਲਾ ਕੇ ਉਹਨਾਂ ਨੂੰ ਬੇਨਤੀ ਕਰਕੇ ਡਿਸਕਸ਼ਨ ਕਰ ਚੁੱਕੇ ਹਾਂ। ਜੋ ਮਤਾ ਉਹਨਾਂ ਨੇ ਕਿਹਾ ਸੀ ਵਿਧਾਨ ਸਭਾ ਬੁਲਾ ਕੇ ਪਾਇਆ ਹੈ। ਹੁਣ ਇਹ ਸੰਘਰਸ਼ ਇਸ ਤੋਂ ਅੱਗੇ ਵਧਣਾ। ਇਸ ਲਈ ਮੈਂ ਕਿਸਾਨ ਯੂਨੀਅਨ ਨਾਲ ਵੀ, ਖੇਤ ਮਜ਼ਦੂਰ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਸ ਸੰਘਰਸ਼ ਵਾਸਤੇ ਸਾਨੂੰ ਤਿਆਰੀ ਕਰਨੀ ਪੈਣੀ ਹੈ। ਨਾਲ ਹੀ ਇਹ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਜੀ ਨੂੰ ਕਿ ਜਿੱਥੇ ਇਹ ਕੀਤਾ ਹੈ ਉੱਥੇ ਸਾਡੇ ਜਿਹੜੇ 50 ਕਿਲੋਮੀਟਰ ਵਾਲਾ ਹੈ, ਪ੍ਰਧਾਨ ਮੰਤਰੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹ ਕਾਨੂੰਨਾਂ ਨੂੰ ਵਾਪਸ ਲੈ ਲਓ। ਜਿਹੜਾ ਤੁਸੀਂ ਨੋਟੀਫਿਕੇਸ਼ਨ ਕੀਤਾ ਇਹ ਗਲਤ ਹੈ, ਦੇਸ਼ ਦੇ ਫੈਡਰਲ ਸਿਸਟਮ ਦੇ ਖਿਲਾਫ ਹੈ। ਤੁਹਾਨੂੰ ਇਸ ਦਾ ਅਧਿਕਾਰ ਨਹੀਂ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਇੰਟਰਫੇਅਰ ਕਰੋ। ਲਾਅ ਐਂਡ ਆਰਡਰ ਪੰਜਾਬ ਦਾ ਆਪਣਾ ਅਧਿਕਾਰ ਹੈ। ਸਾਡੀ ਪੁਲਿਸ ਸਖਸ਼ਮ ਹੈ ਹਰ ਤਰੀਕੇ ਦੇ ਹਰ ਖਤਰੇ ਨੂੰ ਝੇਲਣ ਲਈ, ਔਰ ਅੱਗੇ ਵੀ ਝੇਲਦੀ ਆਈ ਹੈ। ਇਸ ਕਰਕੇ ਇਹ ਵੀ ਖਤਮ ਹੋਣੇ ਚਾਹੀਦੇ ਹੈ, ਇਹ ਜ਼ਰੂਰੀ ਹੈ। ਔਰ ਮੈਂ ਕਿਸਾਨ ਯੂਨੀਅਨ ਨੂੰ, ਸੰਯੁਕਤ ਮੋਰਚੇ ਨੂੰ ਇੱਕ ਵਾਰ ਫੇਰ ਵਧਾਈ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਗਿਆਰਾਂ ਗੈਲਰੀਆਂ ਹੈ, ਉਹਦੇ ਚ 7 ਦੇ ਵਿੱਚ ਫਿਲਮਾਇਆ ਗਿਆ ਹੈ, 4 ਦੇ ਵਿੱਚ ਦਰਸਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਆਈ ਹੈ ਕਿ ਮੈਂ ਹੁਣ ਬੀਜੇਪੀ ਦੇ ਨਾਲ 101% ਅਲਾਈਅੰਸ ਕਰਾਂਗਾ। ਇਹ ਇੱਕੋ ਥਾਲੀ ਦੇ ਚੱਟੇ ਵੱਟੇ ਆ ਸਾਰੇ, ਪਹਿਲਾਂ ਵੀ ਇਕੱਠੇ ਸੀਗੇ, ਅੱਜ ਵੀ ਇਕੱਠੇ ਆ, ਤੇ ਅੱਗੇ ਨੂੰ ਵੀ ਇਹਨਾਂ ਨੇ ਇਕੱਠੇ ਰਹਿਣਾ। ਤੇ ਪੰਜਾਬ ਨੂੰ ਲੁੱਟਣ ਵਿੱਚ ਸਾਰੇ ਇਕੱਠੇ ਹੋ ਜਾਂਦੇ। ਇਕੱਠੇ ਹੋਣ ਸਾਡੇ ਕਾਂਗਰਸ ਨੂੰ ਕਿੰਨਾ ਨੁਕਸਾਨ ਹੋਇਆ? ਸਾਨੂੰ ਤਾਂ ਫਾਇਦਾ ਹੋਣਾ, ਨੁਕਸਾਨ ਤਾਂ ਕੀ ਹੋਣਾ? ਸੀਐਮ ਸਾਹਿਬ ਕਿਸਾਨ ਖੁਦਕਸ਼ੀਆਂ ਕਰਕੇ ਗਏ ਆ, ਜਾਂ ਕਿਸਾਨ ਸੰਘਰਸ਼ ਦੇ ਦੌਰਾਨ ਤੁਸੀਂ ਉਹਨਾਂ ਨੂੰ ਕਿਹਾ ਵੀ ਇੱਕ ਪਰਿਵਾਰ ਨੂੰ ਨੌਕਰੀ ਦੇਵਾਂਗੇ, ਸੰਘਰਸ਼ ਤਕਰੀਬਨ 1 ਸਾਲ ਚੱਲਿਆ। ਉਹ ਸਭ ਤੋਂ ਪਹਿਲਾਂ ਪੰਜਾਬ ਸਟਾਰਟ ਹੋਇਆ, ਰੇਲਾਂ ਰੋਕੀਆਂ ਗਈਆਂ, ਟਰੈਕ ਰੋਕੇ ਗਏ, ਬਹੁਤ ਕੁਛ ਹੋਇਆ। 1 ਸਾਲ ਤੱਕ ਪੰਜਾਬ ਦੇ ਵਿੱਚ ਕਾਰੋਬਾਰ ਇੱਕ ਚੀਜ਼ਾਂ ਅਲੱਗ ਅਲੱਗ ਠੱਪ ਰਹੀਆਂ, ਬੰਦ ਰਹੀਆਂ, ਔਰ ਉਹਦਾ ਤੁਸੀਂ ਕਿੰਨਾ ਕੁ ਆਕਲਨ ਕਰਦੇ, ਕਿੰਨਾ ਕੁ ਪੰਜਾਬ ਨੂੰ ਤਾਂ ਨੁਕਸਾਨ ਕਰਨਾ ਪਿਆ, ਸੰਘਰਸ਼ ਬੋੜਾ ਯੋਗਦਾਨ ਪਾਇਆ, ਤੇ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋਇਆ? ਤੁਹਾਡਾ ਬਿਲਕੁਲ ਅੱਛਾ ਸਵਾਲ ਹੈ, ਮੈਂ ਲਿਖ ਕੇ ਵੀ ਲਿਆਇਆ ਸੀ ਇਹ ਗੱਲ, ਮੈਂ ਜੇ ਬੋਲਣੀ ਹੈ ਕਿ ਕੇਂਦਰ ਸਰਕਾਰ ਕਿੰਨਾ ਨੁਕਸਾਨ ਹੋਇਆ ਸਰਕਾਰਾਂ ਦਾ ਤੇ ਕਿਸਾਨਾਂ ਦਾ, ਉਹਦਾ ਮੁਆਵਜ਼ਾ ਦੇਵੇ। ਕੇਂਦਰ ਸਰਕਾਰ ਇੱਕ ਪੈਕੇਜ ਲੈ ਕੇ ਆਵੇ, ਕਿਸਾਨਾਂ ਦੀ ਮੰਦੀ ਹਾਲਤ ਜਿਹੜੀ ਉਹਨਾਂ ਨੇ ਕੀਤੀ ਹੋਈ ਹੈ ਤੇ ਕੀਤੀ ਹੈ, ਉਹਦੇ ਵਾਸਤੇ ਇਹਨਾਂ ਦੇ ਕਰਜ਼ੇ ਮਾਫ਼ ਕਰਨ ਦਾ, ਇਹਨਾਂ ਵਾਸਤੇ ਇੱਕ ਅੱਛਾ ਪੈਕੇਜ ਪੰਜਾਬ ਸਰਕਾਰ ਨੂੰ ਦੇਵੇ ਜਾਂ ਕਿਸਾਨਾਂ ਨੂੰ ਸਿੱਧਾ ਦੇਵੇ, ਜਿਹਦੇ ਨਾਲ ਨੁਕਸਾਨ ਦੀ ਭਰਪਾਈ ਹੋਵੇ, ਮੱਲਮਾਂ ਲਾਉਣ ਦੀ ਕੋਸ਼ਿਸ਼ ਕਰੇ। ਕੇਂਦਰ ਸਰਕਾਰ ਬਹੁਤ ਜ਼ਖਮ ਦਿੱਤੇ ਹੈ ਪਿਛਲੇ ਦਿਨਾਂ ਦੇ ਵਿੱਚ, ਕੋਈ ਜ਼ਰੂਰਤ ਨਹੀਂ ਸੀ ਇਸ ਸੰਘਰਸ਼ ਨੂੰ ਐਡਾ ਲੰਬਾ ਖਿੱਚਣ ਦੀ। ਉਹਨਾਂ ਨੇ ਕਿਸ ਨੀਤੀ ਦੇ ਨਾਲ ਖਿੱਚਿਆ ਇਸ ਬਾਰੇ ਮੈਂ ਨਹੀਂ ਕੁਛ ਕਹਿਣਾ ਚਾਹੁੰਦਾ, ਲੇਕਿਨ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਦੇਖੋ ਤਾਂ ਸਹੀ, ਚਾਰੇ ਪਾਸੇ ਨੁਕਸਾਨ ਹੀ ਨੁਕਸਾਨ। ਇਹ ਤਾਂ ਹੁਣ ਅਸੀਂ ਦੱਸਾਂਗੇ ਤੁਹਾਨੂੰ। ਸੀਐਮ ਸਾਹਿਬ ਪਾਰਲੀਮੈਂਟ ਸੈਸ਼ਨ ਨੂੰ ਲੈ ਕੇ ਕਿਸਾਨ ਹਾਲੇ ਵੀ ਕਹਿ ਰਿਹਾ ਕਿ ਅਸੀਂ ਜਾਵਾਂਗੇ ਜੱਥੇ ਲੈ ਕੇ ਦਿੱਲੀ ਵੱਲ ਰਵਾਨਾ ਹੋਵਾਂਗੇ, ਹਾਲੇ ਵੀ ਇਸੇ ਗੱਲ ਤੇ ਅੜੇ ਹੋਏ ਨੇ। ਤੁਹਾਡੀ ਪਾਰਟੀ ਦਾ ਸਟੈਂਡ ਤੇ ਸਪੋਰਟ ਕੀ ਰਹੇਗਾ ਉਸ ਨੂੰ ਲੈ ਕੇ? ਦੇਖੋ ਸਾਡਾ, ਸਰਕਾਰ ਦਾ ਵੀ ਦੱਸ ਦਿੰਦਾ ਮੈਂ, ਪਾਰਟੀ ਦਾ ਵੀ ਦੱਸ ਦਿੰਦਾ ਕਿ ਸਾਡਾ ਇੱਕ ਹੀ ਏਜੰਡਾ ਹੈ ਕਿ ਅਸੀਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪੰਜਾਬ ਦੇ ਹਿੱਤਾਂ ਦੇ ਨਾਲ ਹੈ। ਜਿਵੇਂ ਉਹਨਾਂ ਦਾ ਫੈਸਲਾ ਹੋਏਗਾ ਅਸੀਂ ਉਸ ਤਰ੍ਹਾਂ ਹੀ ਨਾਲ ਖੜੇ।
ਸਾਰੀਆਂ ਸਿਆਸੀ ਪਾਰਟੀਆਂ ਨੂੰ ਲੈ ਕੇ ਕਿੱਦਾਂ ਦਾ ਸੰਘਰਸ਼ ਤੁਸੀਂ ਸੋਚ ਰਹੇ ਜੇ ਸੜਕ ਤੇ ਆਉਣ ਤੇ ਕਾਨੂੰਨੀ ਲੜਾਈ ਜਾਂ ਪ੍ਰਾਈਮ ਮਿਨਿਸਟਰ ਨੂੰ ਸਾਰੀਆਂ ਪਾਰਟੀਆਂ ਦੇ ਨਾਲ ਮਿਲ ਕੇ ਵੀ ਸਲਾਹ ਕਰਾਂਗੇ ਜੀ ਰੂਪ ਰੇਖਾ ਤਿਆਰ ਕਰਾਂਗੇ ਜੇ ਅਸੀਂ ਉਹਨਾਂ ਨੂੰ ਅਸੀਂ ਸੁਪਰੀਮ ਕੋਰਟ 'ਚ ਜਾ ਰਹੇ ਹਾਂ ਵਕੀਲ ਕਰ ਲਏ ਹੈ ਕੋਰਟ ਦੇ ਵਿੱਚ ਕੇਸ ਪਾ ਰਹੇ ਹੈ ਤੇ ਨਾਲ ਨਾਲ ਜੇਕਰ ਨਹੀਂ ਮੰਨਣਗੇ ਤਾਂ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਏਗੀ ਸਾਰੇ ਗੱਲ ਕੁਛ ਨੀ ਰਹੇਗਾ ਫਿਰ ਗੱਲਾਂ ਕਰੋ।